ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਪੰਜਾਬੀ ਸਵੈਗ ਚੈਨਲ ਦੀ ਇੱਕ ਹੋਰ ਅਪਡੇਟ ਵੀਡੀਓ ਦੇ ਵਿੱਚ। ਤਾਂ ਕਰਨ ਔਜਲਾ ਬਾਰੇ ਅਤੇ ਸਿੰਘਾਂ ਬਾਰੇ ਕਾਫੀ ਜ਼ਿਆਦਾ ਵੱਡੇ ਵੱਡੇ ਅਪਡੇਟ ਲੈ ਕੇ ਹਾਜ਼ਰ ਹਾਂ। ਪਹਿਲਾ ਅਪਡੇਟ ਦਿੰਦੇ ਹਾਂ ਤੁਹਾਨੂੰ ਸਾਰਿਆਂ ਨੂੰ ਕਰਨ ਔਜਲੇ ਦਾ। ਪਹਿਲਾਂ ਤਾਂ ਦੋਸਤੋ ਤੁਹਾਨੂੰ ਸਾਰਿਆਂ ਨੇ ਦੱਸ ਦਿੱਤੀ ਕਿ ਅੱਜ ਇੰਟੈਂਟ ਲੀਗਲ ਗਾਣਾ ਰਿਲੀਜ਼ ਹੋ ਚੁੱਕਿਆ ਅਤੇ ਗਾਣੇ ਰਿਲੀਜ਼ ਹੁੰਦੇ ਸਾਰੀ ਪੂਰੀ ਦੁਨੀਆਂ ਦੇ ਵਿੱਚ ਧੱਕ ਪਾਤੀ ਪਈ ਅਤੇ ਕਾਫੀ ਜ਼ਿਆਦਾ ਵੱਡੇ ਵੱਡੇ ਰਿਕਾਰਡ ਤੋੜੇ ਨੇ ਅਤੇ ਕੁਛ ਕੁ ਹੇਟਰਾਂ ਵੱਲੋਂ ਇਹ ਚਾਲ ਚੱਲੀ ਜਾ ਰਹੀ ਹੈ ਕਿ ਕਰਨ ਔਜਲੇ ਨੇ ਇਸ ਗਾਣੇ ਦੇ ਵਿੱਚ ਇੱਕ ਲਾਈਨ ਕਾਪੀ ਕੀਤੀ ਆ। ਉਹ ਤੁਹਾਨੂੰ ਦਿਖਾ ਦਿੰਦੇ ਹਾਂ, ਪੋਜ਼ ਕਾਪੀ ਕੀਤਾ, ਤੁਸੀਂ ਸਾਰੀ ਅੱਗੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ, ਤੁਹਾਡਾ ਵਹਿਮ ਨਿਕਲ ਜੂਗਾ। ਔਰ ਅਭੀ ਤੋ ਰੁਕੋ, ਕਲਾਈਮੈਕਸ ਅਭੀ ਬਾਕੀ ਹੈ। ਆਓ ਫੀਲਿੰਗਾਂ ਤਾਂ ਲੈਂਦੇ ਹੋਣੇ ਹੋਰ ਗੋਰੀਏ, ਨਹੀਂ ਜੱਟ ਤਾਂ ਸਵਾਦ ਲੈਂਦੇ ਆ। ਤਾਂ ਬਾਕੀ ਦੋਸਤੋ ਤੁਹਾਨੂੰ ਸਾਰਿਆਂ ਨੂੰ ਗਾਣਾ ਕਿੱਦਾਂ ਦਾ ਲੱਗੇ ਆ ਅਤੇ ਵੀਡੀਓ ਨੂੰ ਕਿੰਨੇ ਪੁਆਇੰਟ ਦੇਣਾ ਚਾਹੋਗੇ 100 ਦੇ ਵਿੱਚੋਂ, ਨੀਚੇ ਕਮੈਂਟ ਕਰਕੇ ਦੱਸਿਓ। ਅਤੇ ਹੁਣ ਗੱਲ ਕਰਦੇ ਹਾਂ ਆਪਾਂ ਸਿੰਘਾਂ ਬਾਰੇ। ਤਾਂ ਸਿੰਘਾਂ ਵੀ ਵੱਲੋਂ ਵੀ ਕਾਫੀ ਜ਼ਿਆਦਾ ਵੱਡਾ ਅਪਡੇਟ ਸਾਹਮਣੇ ਨਿਕਲ ਕੇ ਆ ਰਿਹਾ। ਲਾਈਫਲਾਈਨ ਸੌਂਗ ਵੀ ਆਊਟ ਹੋ ਚੁੱਕੇ ਆ ਵਾਹੋ ਇੰਟਰਟੇਨਮੈਂਟ ਦੇ ਯੂਟਿਊਬ ਚੈਨਲ ਤੋਂ। ਤੁਹਾਨੂੰ ਸਾਰਿਆਂ ਨੂੰ ਦੱਸ ਦੀ ਕਿ ਕਰਨ ਔਜਲੇ ਅਤੇ ਸਿੰਘੇ ਦੇ ਵਿੱਚ ਕਾਫੀ ਜ਼ਿਆਦਾ ਵੱਡਾ ਮੁਕਾਬਲਾ ਹੋਣ ਵਾਲਾ ਸੀ, ਪਰ ਉੱਧਰ ਹੀ ਦੋਸਤੋ ਸਿੰਘੇ ਦੇ ਲਾਈਫਲਾਈਨ ਸੌਂਗ ਦੇ ਗਾਣੇ ਦੇ ਵਿਊਜ਼ ਸਟੱਕ ਹੋ ਚੁੱਕੇ ਨੇ, ਮਤਲਬ ਕਿ ਫ੍ਰੀਜ਼ ਹੋ ਚੁੱਕੇ ਨੇ, ਯੂਟਿਊਬ ਵੱਲੋਂ ਫ੍ਰੀਜ਼ ਕਰ ਦਿੱਤੇ ਗਏ ਨੇ। 3-4 ਘੰਟੇ ਬਾਅਦ ਇਸ ਦੇ ਵਿਊ ਤੁਹਾਨੂੰ ਓਰੀਜਨਲੀ ਦੇਖਣ ਨੂੰ ਮਿਲ ਜਾਣਗੇ। ਜਦੋਂ ਕਿ ਇਸ ਗਾਣੇ 'ਤੇ ਮਿੱਤਰੋ ਬਹੁਤ ਹੀ ਤੇਜ਼ੀ ਨਾਲ ਵਿਊ ਆਉਂਦੇ ਨੇ ਤਾਂ ਯੂਟਿਊਬ ਉਹਨੂੰ ਵਿਊ ਨੂੰ ਫ੍ਰੀਜ਼ ਕਰ ਦਿੰਦਾ, ਤਾਂ ਕਰਕੇ ਹੁਣ ਤੁਹਾਨੂੰ ਸਾਰਿਆਂ ਨੂੰ ਦੋਸਤੋ 2-3 ਘੰਟੇ ਵੇਟ ਕਰਨਾ ਪਊਗਾ, ਉਹ ਤੋਂ ਬਾਅਦ ਤੁਹਾਨੂੰ ਲਾਈਫਲਾਈਨ ਸੌਂਗ ਦੇ ਓਰੀਜਨਲ ਵਿਊ ਦੇਖਣ ਨੂੰ ਮਿਲ ਜਾਣਗੇ। ਬਾਕੀ ਤੁਹਾਨੂੰ ਗਾਣਾ ਕਿੱਦਾਂ ਲਗਾਉਣੀ ਚਾਹੀਏ ਕਮੈਂਟ ਕਰਕੇ ਦੱਸਿਓ ਆਪਣੀ ਰਾਏ।